ये डील कर रहे थे। नहीं नशा किया हुआ है, नशा किया हुआ है आपने किसी चीज का? नशा बंद करो, ये सब क्या है? ਅੱਧੀ ਰਾਤ ਨੂੰ ਬੱਸ ਸਟੈਂਡ ਦੇ ਉੱਤੇ ਇੱਕ ਔਰਤ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਇੱਕ ਵਿਅਕਤੀ ਦੇ ਵੱਲੋਂ ਇਸ ਔਰਤ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ। ਉਸ ਵਿਅਕਤੀ ਦਾ ਕਹਿਣਾ ਹੈ ਕਿ ਇਹ ਔਰਤ ਬੱਸ ਸਟੈਂਡ ਦੇ ਉੱਤੇ ਆਏ ਕੁਝ ਮੁੰਡਿਆਂ ਦੇ ਨਾਲ ਡੀਲ ਕਰ ਰਹੀ ਸੀ ਦੇਹ ਵਪਾਰ ਦੀ, ਪਰ ਜਿਵੇਂ ਹੀ ਇਸ ਵਿਅਕਤੀ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਲਟ ਇਸ ਔਰਤ ਨੇ ਇਸ ਵਿਅਕਤੀ ਦੇ ਉੱਪਰ ਹੀ ਗਲਤ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਤਾਂ ਦੱਸ ਦਈਏ ਕਿ ਵੀਡੀਓ ਜੋ ਹੈ ਉਹ ਜਲੰਧਰ ਦੇ ਬੱਸ ਸਟੈਂਡ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਔਰਤ ਦੇ ਵੱਲੋਂ ਕੁਝ ਮੁੰਡਿਆਂ ਦੇ ਨਾਲ ਇਲਜ਼ਾਮ ਲੱਗੇ ਨੇ ਕਿ ਦੇਹ ਵਪਾਰ ਦੇ ਲਈ ਡੀਲ ਕਰ ਰਹੀ ਸੀ। ਔਰਤ ਦੇ ਵੱਲੋਂ ਮੁੰਡਿਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਉਹ ਰਾਤ ਨੂੰ ਉਹਨਾਂ ਦੇ ਨਾਲ ਸੌਣ ਦੇ ਲਈ ਤਿਆਰ ਹੈ, ਸਿਰਫ ਉਸ ਨੂੰ ਬਦਲੇ ਦੇ ਵਿੱਚ ਚਿੱਟਾ ਯਾਨੀ ਕਿ ਨਸ਼ਾ ਖਰੀਦ ਕੇ ਦੇ ਦਿੱਤਾ ਜਾਵੇ। ਹਾਲਾਂਕਿ ਇਸ ਮੌਕੇ ਦੇ ਉੱਤੇ ਕੀ ਕੁਝ ਹੋਇਆ ਇਸ ਵੀਡੀਓ ਦੇ ਵਿੱਚ ਤੁਸੀਂ ਖੁਦ ਹੀ ਦੇਖ ਲਓ। लड़के सब छेड़ रहे थे मुझे। कौन छेड़ा था? कौन लड़का छेड़ता जी? कौन छेड़ा था आपको? नहीं वीडियो च तुसी जड़ी आए पर मैडम की एक भी मार ली एड्डी चक्की थी भाई किसे ने कौन बनना है बड़ी बड़ी बात है इसी बार। अच्छा आपको छेड़ कौन रहा था? कौन छेड़ रहा था? नहीं आपने नशा किया हुआ है? नशा किया हुआ? क्या हुआ, क्या बात, क्या हुई, कौन छेड़ रहा? मैडम छेड़ा किसने है? मुझे कह रहे थे कि मैं तुम्हें पैसे देता हूँ और तुम मेरे साथ चलो। कौन कहता है? कौन कह रहा था, किसके तरफ? जूती लेकर के मार रही थी वो। अच्छा जी, कहाँ के रहने वाले हो आप? कहाँ के थे रहने वाले? मैं कहीं की भी रहने वाली हूँ। चलो आप रात को बस स्टैंड आए हो, कहीं जाना था आपने? हाँ। कहाँ जा रहे हो आप? दिल्ली जाना था आपने? हाँ। तो ये क्यों बोल रहे हैं कि आप ये डील कर रहे थे? नहीं नशा किया हुआ है, नशा किया हुआ है आपने किसी चीज का? नशा बंद करो, ये सब क्या है? ये सब बंद करो। इंद्रजीत है भाई। किथे रहने वाले हो? मैं मकसूदा ना भाई। मकसूदा दा? अच्छा ओदा की गल की इना नाल ਤੁਹਾਡੀ? ਭਾਜੀ ਇਹਦੇ ਨਾਲ ਕੋਈ, ਮੈਂ ਰੋਟੀ ਪੈਕ ਕਰਾਉਣ ਆਇਆ ਸੀ ਇੱਥੇ ਜੀ, ਤੇ ਇੱਥੇ ਦੋ ਤਿੰਨ ਮੁੰਡੇ ਹੈਗੇ ਸੀ, ਉਹ ਉਹਨਾਂ ਨੂੰ ਇਹ ਗਾਲਾਂ ਕੱਢਦੀ ਪਈ ਸੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਜੀ ਕੀ ਗੱਲ ਹੋਈ, ਤੇ ਇਹ ਭਾਜੀ ਡੀਲ ਕਰਦੀ ਪਈ ਸੀ ਉਹਨਾਂ ਨਾਲ ਓਕੇ ਸੈਕਸ ਦੇ ਰਿਗਾਰਡਿੰਗ। ਤੇ ਇਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਹੈ, ਭਾਜੀ ਗਾਲਾਂ ਕੱਢਣ ਲੱਗੀ ਹੈ। ਉਹਨੂੰ ਆਫਰ ਦਿੰਦੀ ਪਈ ਸੀ ਕਿ ਮੈਂ ਤੁਹਾਨੂੰ ਮਤਲਬ ਫ੍ਰੀ ਚ ਇਦਾਂ ਕਰ ਦੂੰਗੀ, ਤੁਸੀਂ ਮੈਨੂੰ ਚਿੱਟਾ ਕਰਾ ਦੋ। ਡੀਲ ਕਰ ਰਹੇ ਥੇ? ਨਹੀਂ ਨਸ਼ਾ ਕੀਆ ਹੁਆ ਹੈ, ਨਸ਼ਾ ਕੀਆ ਹੁਆ ਹੈ ਆਪਨੇ ਕਿਸੇ ਚੀਜ਼ ਕਰਾ ਸਕਤੇ? ਬੰਦ ਕਰੋ, ਯੇ ਸਬ ਕਿਆ ਹੈ? ਯੇ ਸਬ ਅੱਧੀ ਰਾਤ ਨੂੰ ਬੱਸ ਸਟੈਂਡ ਦੇ ਉੱਤੇ ਇੱਕ ਔਰਤ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਇੱਕ ਵਿਅਕਤੀ ਦੇ ਵੱਲੋਂ ਇਸ ਔਰਤ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ। ਉਸ ਵਿਅਕਤੀ ਦਾ ਕਹਿਣਾ ਹੈ ਕਿ ਇਹ ਔਰਤ ਬੱਸ ਸਟੈਂਡ ਦੇ ਉੱਤੇ ਆਏ ਕੁਝ ਮੁੰਡਿਆਂ ਦੇ ਨਾਲ ਡੀਲ ਕਰ ਰਹੀ ਸੀ ਦੇਹ ਵਪਾਰ ਦੀ, ਪਰ ਜਿਵੇਂ ਹੀ ਇਸ ਵਿਅਕਤੀ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਲਟ ਇਸ ਔਰਤ ਨੇ ਇਸ ਵਿਅਕਤੀ ਦੇ ਉੱਪਰ ਹੀ ਗਲਤ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਤਾਂ ਦੱਸ ਦਈਏ ਕਿ ਵੀਡੀਓ ਜੋ ਹੈ ਉਹ ਜਲੰਧਰ ਦੇ ਬੱਸ ਸਟੈਂਡ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਔਰਤ ਦੇ ਵੱਲੋਂ ਕੁਝ ਮੁੰਡਿਆਂ ਦੇ ਨਾਲ ਇਲਜ਼ਾਮ ਲੱਗੇ ਨੇ ਕਿ ਦੇਹ ਵਪਾਰ ਦੇ ਲਈ ਡੀਲ ਕਰ ਰਹੀ ਸੀ। ਔਰਤ ਦੇ ਵੱਲੋਂ ਮੁੰਡਿਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਉਹ ਰਾਤ ਨੂੰ ਉਹਨਾਂ ਦੇ ਨਾਲ ਸੌਣ ਦੇ ਲਈ ਤਿਆਰ ਹੈ, ਸਿਰਫ ਉਸ ਨੂੰ ਬਦਲੇ ਦੇ ਵਿੱਚ ਚਿੱਟਾ ਯਾਨੀ ਕਿ ਨਸ਼ਾ ਖਰੀਦ ਕੇ ਦੇ ਦਿੱਤਾ ਜਾਵੇ। ਹਾਲਾਂਕਿ ਇਸ ਮੌਕੇ ਦੇ ਉੱਤੇ ਕੀ ਕੁਝ ਹੋਇਆ ਇਸ ਵੀਡੀਓ ਦੇ ਵਿੱਚ ਤੁਸੀਂ ਖੁਦ ਹੀ ਦੇਖ ਲਓ। लड़के सब छेड़ रहे थे मुझे। कौन छेड़ा था? कौन लड़का छेड़ता जी? कौन छेड़ा था आपको? नहीं वीडियो तुसी जड़ी आए पर मैडम की एक भी मार ली एड्डी चक्की थी भाई किसे ने? कौन बनना है बड़ी बड़ी बात थी इसी बार। अच्छा आपको छेड़ कौन रहा था? कौन छेड़ रहा था? नहीं आपने नशा किया हुआ है? नशा किया? क्या हुआ, क्या बात, क्या हुई, कौन छेड़ रहा? मैडम छेड़ा किसने है?
कौन कहता है? कौन कह रहा था? किसके तरफ? जूती लेकर के मार रही थी। अच्छा जी, कहाँ के रहने वाले हो आप? कहाँ के थे रहने वाले? मैं कहीं की भी रहने वाली हूँ। चलो, आप रात को बस स्टैंड आए हो, कहीं जाना था आपने? हाँ। कहाँ जा रहे हो आप? दिल्ली। दिल्ली जाना था आपने? हाँ। तो ये क्यों बोल रहे हैं कि आप ये डील कर रहे थे? नहीं, नशा किया हुआ है, नशा किया हुआ है आपने? इसी चीज का नशा करो। ये सब क्या है? मैं भाजी की गल हुई भाजी डील करदी पई सी उन्हां नाल सैक्स दे रिगार्डिंग नु पुछया की गल हुई है भाजी गाला कढ़न लगी है ओनू ऑफर दिंदी पई सी की मैं तुहानू मतलब फ्री च ऐदां कर दूंगी तुसीं मैनू चिट्टा करा दो।